ਜਦ ਤੱਕ ਪੰਜਾਬ ਵਿੱਚ ਗੁਰਦੁਆਰਾ ਸਾਹਿਬ ਨੇ ਕੋਈ ਵੀ ਗਰੀਬ ਅਤੇ ਜ਼ਰੂਰਤਮੰਦ ਪਰਿਵਾਰ ਭੁੱਖਾ ਨਹੀਂ ਸੌ ਸਕਦਾ। ਜੀ ਹਾਂ, ਕਰਫਿਊ ਦੇ ਵੇਲੇ ਜ਼ਰੂਰਤਮੰਦ ਲੋਕਾਂ ਦੇ ਲਈ SGPC ਨੇ 500 ਕੁਇੰਟਲ ਲੰਗਰ ਜ਼ਰੂਰਤਮੰਦ ਲੋਕਾਂ ਦੇ ਲਈ ਰਵਾਨਾ ਕੀਤਾ ਹੈ। ਇਸ ਮੌਕੇ ਤੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਰ ਰੋਜ਼ 500 ਕੁਇੰਟਲ ਲੰਗਰ ਹਰਿਆਣਾ, ਪੰਜਾਬ ਅਤੇ ਹਿਮਾਚਲ ਦੇ ਗੁਰਦੁਆਰਿਆਂ ਦੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਲਈ ਜਾਵੇਗਾ। ਉੱਥੇ ਉਹਨਾਂ ਨੇ ਦੱਸਿਆ ਕਿ 100 ਕੁਇੰਟਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਾਵੇਗਾ। ਵੱਧ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ 90 ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਵਾਇਰਸ ਦੀ ਜਿਹੜੀ ਕਰੋਪੀ ਹੈ ਉਹ ਸਾਰੇ ਸੰਸਾਰ ਦੇ ਉੱਤੇ ਆਈ ਹੈ। ਅੱਜ ਸਾਰੇ ਸੰਸਾਰ ਦੀਆਂ ਜਿਹੜੀਆਂ ਸਰਕਾਰਾਂ ਨੇ ਇਹਦੇ ਉੱਤੇ ਬਹੁਤ ਹੀ ਚਿੰਤਾ ਤੁਰਨੇ ਔਰ ਸਾਰੇ ਹੀ ਔਰ ਇਹਨੂੰ ਖਤਮ ਕਰਨ ਦੇ ਪ੍ਰਬੰਧਾਂ ਦੇ ਉੱਤੇ ਲੱਗੀਆਂ ਹੋਈਆਂ ਨੇ। ਇਸੇ ਤਰ੍ਹਾਂ ਸਾਡੇ ਭਾਰਤ ਸਰਕਾਰ, ਪੰਜਾਬ ਸਰਕਾਰ ਸਾਰੀ ਔਰ ਜਿਹੜੇ ਇਸ ਕਰੋਨਾ ਵਾਇਰਸ ਦੇ ਨੂੰ ਮੁੱਖ ਰੱਖਦੇ ਹੋਏ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ, ਜਿਸ ਤਰ੍ਹਾਂ ਸਿਹਤ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ, ਸਿਹਤ ਜਿਹੜੀਆਂ ਔਰ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਅੱਜ ਅਸੀਂ ਸਾਰੇ ਇਹ ਜੋ ਸੇਵਾਵਾਂ ਕਰ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇੱਕ ਫੈਸਲਾ ਹੋਇਆ ਹੈ ਕਿ ਲੋੜਵੰਦਾਂ ਦੇ ਲਈ ਔਰ ਜਿਹੜੇ ਵਿਚਾਰੇ ਰੋਜ਼ ਦੀ ਰੋਟੀ ਤੋਂ ਆਤੁਰ ਨੇ ਔਰ ਰੋਜ਼ਾਨਾ ਆਪਣੀ ਕਿਰਤ ਕਰਕੇ ਹੀ ਰੋਟੀ ਖਾਂਦੇ ਸੀ, ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਵੱਡੀ ਜਿਹੜੀ ਆ ਸਮੱਸਿਆ ਬਣੀ ਹੋਈ ਹੈ। ਕਿਉਂਕਿ ਸਰਕਾਰ ਨੇ ਇਹ ਹਦਾਇਤਾਂ ਕੀਤੀਆਂ ਨੇ ਕਿ ਇਹ ਕੋਰੋਨਾ ਵਾਇਰਸ ਕਰਕੇ ਆਪਣੇ ਘਰਾਂ ਦੇ ਵਿੱਚ ਬਾਹਰ ਨਹੀਂ ਜਾ ਰਹੇ, ਜਿਹੜੇ ਗਰੀਬ ਲੋਕ ਨੇ ਝੁੱਗੀਆਂ ਝੋਪੜੀਆਂ ਵਿੱਚ ਰਹਿੰਦੇ ਨੇ ਉਹਨਾਂ ਲਈ ਬਹੁਤ ਵੱਡੀ ਤਕਲੀਫ ਹੈ। ਸੋ ਉਹਨਾਂ ਦੀਆਂ ਇਹ ਸਮੱਸਿਆਵਾਂ ਨੂੰ, ਉਹਨਾਂ ਦੀ ਤਕਲੀਫ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇੱਕ ਐਸਾ ਸੇਵਾ ਦਾ ਜਿਹੜਾ ਪ੍ਰੋਗਰਾਮ ਬਣਾਇਆ ਕਿ ਹਰ ਬੰਦੇ ਕੋਲ ਜਿਹੜਾ ਗਰੀਬ ਹੈ, ਲੋੜਵੰਦ ਹੈ ਔਰ ਜਿਹੜਾ ਰੋਜ਼ਾਨਾ ਦੀ ਰੋਟੀ ਤੋਂ ਆਤੁਰ ਹੈ, ਉਹਦੇ ਲਈ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਵੀ ਅੱਜ ਅਸੀਂ ਦੇਖ ਰਹੇ ਹੋ ਕਿ ਰੋਜ਼ਾਨਾ ਦੀ ਵਾਂਗ ਜਿਹੜਾ ਲੰਗਰ ਤਿਆਰ ਹੋ ਕੇ ਇਹਨਾਂ ਗੱਡੀਆਂ ਦੇ ਵਿੱਚ ਹੋ ਕੇ ਸਾਡੇ ਸੇਵਾਦਾਰ, ਮੈਨੇਜਰ ਅਤੇ ਹੋਰ ਅਧਿਕਾਰੀ ਸਾਰੇ ਜਾ ਕੇ ਔਰ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਇਹ ਵੰਡਦੇ ਨੇ। ਕਿਉਂਕਿ ਅੰਮ੍ਰਿਤਸਰ ਦੇ ਵਿੱਚ ਅਸੀਂ 10 ਪੁਆਇੰਟ ਜਿਹੜੇ ਨੇ ਉਹ ਨਿਰਧਾਰਿਤ ਕੀਤੇ ਗਏ ਨੇ, ਉਹ 10 ਪੁਆਇੰਟਾਂ ਦੇ ਉੱਤੇ ਰੋਜ਼ਾਨਾ ਜਿਹੜਾ ਸਾਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਲੰਗਰ ਜਾਂਦਾ ਹੈ। ਉੱਥੇ ਜਾ ਕੇ ਸਾਰਾ ਵਰਤਾਇਆ ਜਾਂਦਾ ਕਿ 2 ਰੋਜ਼ ਦੀ ਰੋਟੀ ਜਿਹੜੀ ਆ ਉਹਨਾਂ ਗਰੀਬ ਲੋਕਾਂ, ਲੋੜਵੰਦਾਂ ਲਈ ਉਹ ਦਿੱਤੀ ਜਾਂਦੀ ਹੈ। ਪ੍ਰਧਾਨ ਜੀ, ਜਿਹੜੀਆਂ ਸਰਾਵਾਂ ਨੇ, ਕਿਹਾ ਉਹਨਾਂ ਨੂੰ ਵੀ ਕੁਆਰੰਟਾਈਨ ਕਰ ਸੈਂਟਰ ਬਣਾ ਦਿੱਤਾ ਗਿਆ? ਬਿਲਕੁਲ ਜੀ, ਦੇਖੋ ਜਿਹੜਾ ਸਿਹਤ ਸਹੂਲਤਾਂ ਵੱਲੋਂ, ਜਿਹੜਾ ਸਿਹਤਾਂ ਵੱਲੋਂ ਹਦਾਇਤਾਂ ਹੋਈਆਂ ਨੇ ਕਿ ਅਲੈਦੀਆਂ ਰੱਖਣ ਵਾਸਤੇ ਜੋ ਵੀ ਇਸ ਬਿਮਾਰੀ ਦਾ ਪੀੜਤ ਹੈ ਉਹਨੂੰ ਇਕਾਂਤਵਾਸ ਵਿੱਚ ਰੱਖਿਆ ਜਾਣ ਵਾਸਤੇ ਜਿਹੜਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਜਿਹੜੀਆਂ ਸਰਾਵਾਂ ਨੇ ਉਹ ਸਰਕਾਰ ਨੂੰ ਦੇਣ ਦਾ ਅਸੀਂ ਜਿਹੜਾ ਹੈ ਫੈਸਲਾ ਕੀਤਾ। ਜਦੋਂ ਵੀ ਸਰਕਾਰ ਨੂੰ ਲੋੜ ਹੋਵੇਗੀ ਸਾਡੀਆਂ ਜਿਹੜੀਆਂ ਸਰਾਵਾਂ ਨੇ ਜਿਹੜੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨੇ, ਵੱਖ ਵੱਖ ਥਾਵਾਂ ਦੇ ਉੱਤੇ ਕੇਸਗੜ੍ਹ ਸਾਹਿਬ, ਦੰਦਮਾ ਸਾਹਿਬ ਅਤੇ 1700 ਦੇ ਲਗਭਗ ਸਾਡੀਆਂ ਜਿਹੜੀਆਂ ਸਰਾਵਾਂ ਦੇ ਕਮਰੇ ਨੇ ਉਹ ਬਿਲਕੁਲ ਤਿਆਰ ਨੇ, ਪੂਰੇ ਬੈੱਡ ਲਾ ਕੇ ਔਰ ਉਹਨੂੰ ਜਿਹੜਾ ਸਾਰਾ ਉਹਦੀ ਸਾਫ਼ ਸਫਾਈ ਕਰਕੇ ਪੂਰਾ ਅਸੀਂ ਤਿਆਰ ਕੀਤਾ ਹੋਇਆ। ਜਦੋਂ ਵੀ ਸਰਕਾਰ ਨੂੰ ਲੋੜ ਹੋਵੇਗੀ ਉਹ ਸਾਡੀਆਂ ਸਰਾਵਾਂ ਇਸਤੇਮਾਲ ਕਰ ਸਕਦੇ। ਦੇਖੋ ਬਹੁਤ ਵੱਡੀ ਗਿਣਤੀ ਵਿੱਚ ਹੈ, ਕਿਉਂਕਿ ਜੇ ਆਪਾਂ ਗਿਣਤੀ ਕਰੀਏ ਇਹਦਾ ਕੋਈ ਨਹੀਂ ਕਿਤੇ ਵੱਧ ਵੀ ਸਕਦੇ ਨੇ, ਘੱਟ ਸਕਦੇ। ਅਸੀਂ ਇਹ ਸੋਚਦੇ ਹਾਂ ਵੀ ਵੱਧ ਤੋਂ ਵੱਧ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਲੰਗਰ ਜਿਹੜਾ ਹੈ ਉਹ ਦਿੱਤਾ ਜਾਵੇ। ਸੁੱਕਾ ਲੰਗਰ ਹੈ ਕਿ ਤਿਆਰ ਕੀਤਾ ਲੰਗਰ? ਇਹ ਸਾਡਾ ਅਸੀਂ ਸਾਰੇ ਗੁਰਦੁਆਰਿਆਂ ਵਿੱਚੋਂ ਇੱਥੋਂ ਵੀ ਸੱਚਖੰਡ ਦਰਬਾਰ ਸਾਹਿਬ ਵਿੱਚ ਰੋਜ਼ਾਨਾ ਤਿਆਰ ਕੀਤਾ ਜਾਂਦਾ ਹੈ ਔਰ ਉਹ ਤਿਆਰ ਕਰਕੇ ਲੰਗਰ ਜਿਹੜਾ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ, ਉੱਥੇ ਵਰਤਾਇਆ ਜਾਂਦਾ। ਪ੍ਰਧਾਨ ਜੀ, ਜਿਹੜੇ ਕਿਉਂਕਿ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਿਹੜੀ ਕਰੋਨਾ ਵਾਇਰਸ ਹੈ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ, ਸੂਦ ਦੀ ਬਿਮਾਰੀ ਹੈ। ਇਹ ਤੋਂ ਆਪਾਂ ਨੂੰ ਜ਼ਰੂਰ ਜੋ ਸਿਹਤ ਵਿਭਾਗ ਦੀਆਂ ਹਦਾਇਤਾਂ ਨੇ ਉਹਨੂੰ ਪਾਲਣਾ ਕਰਨੀ ਹੈ, ਡਿਸਟੈਂਸ ਰੱਖਣਾ ਚਾਹੀਦਾ, ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ। ਜਿੱਥੇ ਆਪਣੇ ਆਪ ਨੂੰ ਸੁਰੱਖਿਅਤ ਤੁਸੀਂ ਰੱਖੋਗੇ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋਗੇ, ਸਾਡੇ ਸਮਾਜ ਨੂੰ ਸੁਰੱਖਿਅਤ ਰਹਿਣਾ ਬਹੁਤ ਜ਼ਰੂਰੀ ਹੈ। ਸੋ ਮੇਰੀ ਇਹ ਬੇਨਤੀ ਹੈ ਕਿ ਸਾਰੇ ਜਿਹੜੇ ਲੋਕ ਨੇ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹਿਣ, ਬਾਹਰ ਜਾਣ ਦੀ ਨਾ ਕਰਨ। ਸਾਡੇ ਲੰਗਰ ਦੀ ਜੋ ਵੀ ਦੇਖੋ ਲੰਗਰ ਦੀ ਰਵਾਇਤ ਹੈ, ਸਿੰਪਲ ਲੰਗਰ ਅਸੀਂ ਦਾਲ ਰੋਟੀ ਦੇ ਰਹੇ ਹਾਂਗੇ,
ਤੇ ਉਹ ਸਾਰੀ ਜਿਹੜੀ ਰੋਜ਼ਾਨਾ ਇੱਥੇ ਜਿਵੇਂ ਲੰਗਰ ਵਰਤਦਾ ਉਸ ਤਰ੍ਹਾਂ ਦੀ ਲੰਗਰ ਸਾਰੇ ਦੇ ਰਹੇ ਹਨ। ਕਿੰਨਾ ਕੁਇੰਟਲ ਲੰਗਰ ਜਿਹੜਾ ਰੋਜ਼ ਭੇਜਿਆ ਜਾ ਰਿਹਾ? ਦੇਖੋ ਕੱਲ 500 ਕੁਇੰਟਲ ਜਿਹੜਾ ਸਾਡਾ ਲੰਗਰ ਜਿਹੜਾ ਸੀ ਸਾਰੇ ਗੁਰਦੁਆਰਿਆਂ ਵਿੱਚੋਂ ਲੱਗਿਆ ਸੀ, ਕਿਉਂਕਿ ਸਾਡੇ ਤਕਰੀਬਨ 90 ਗੁਰਦੁਆਰੇ ਨੇ ਪੰਜਾਬ, ਹਰਿਆਣੇ, ਹਿਮਾਚਲ ਦੇ ਵਿੱਚ, ਅਤੇ ਇਹਦੇ ਨਾਲ ਸਾਡੇ ਜਿਹੜਾ 87 ਦੇ ਗੁਰਦੁਆਰੇ ਉਹ ਵੀ 300 ਨੇ। ਤਕਰੀਬਨ ਸਾਰੇ ਗੁਰਦੁਆਰਿਆਂ ਵਿੱਚ ਲੰਗਰ ਜਿਹੜਾ ਤਿਆਰ ਕਰਕੇ ਲੋੜਵੰਦਾਂ ਲਈ ਪਹੁੰਚਾਇਆ ਜਾਂਦਾ ਹੈਗਾ। ਜ਼ਿਕਰ ਖਾਸ ਹੈ ਕਿ SGPC ਪ੍ਰਧਾਨ ਦਾ ਇਸ ਮੌਕੇ ਤੇ ਕਹਿਣਾ ਸੀ ਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਲੋਕਾਂ ਦੀ ਸੇਵਾ ਕਰ ਰਹੇ ਨੇ, ਜੋ ਕਿ ਇੱਕ ਚੰਗਾ ਕਦਮ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV, NRI।